हाँ जी उड़िया की हाल चाल मैं यहाँ क्लेयर तुसी दे रहे हो क्लेयर वाइटी ते एक होर नवी FS22 दी वीडियो च बहुत बहुत वेलकम है। ते अज आपां खेडदा पे नवा मैप ते बिल्कुल देसी मैप है। कद्दू कुद्दू हुंदा है, चावल वगैरह जो मुंजी हुंदी है अपनी राइस, इसे करके आपां इह मैप ते हुण करांगे कंटिन्यू। ते आपां वड्डी सी उस फसल वड्डी सी दोनों ट्राली अपनियां फुल है, ये ट्राली थोड़ी जी घट है हाली, ते लैके चलते हैं फिर। बाकी मुंडे वीडियो वधिया लगे लाइक कर दिओ, चैनल ते नवे सबसक्राइब कर दिओ, नोटिफिकेशन बैल नूं दब दिओ ताकि तुहानूं आउण वालियां नवीं नवीं वीडियो दी नोटिफिकेशन सब तों पहलां मिले। ते लओ जी फिर ते रोड वल लै के जाणा पैणा आपां नूं। इह ਕਿਉਂਕਿ ਫਾਰਮ ਆਪਣਾ ਥੋੜ੍ਹਾ ਜਿਹਾ ਦੂਰ ਹੈ, ਸਟੋਰ ਦੇ ਨਾਲ ਹੀ ਕਿੱਲੇ ਸੀ ਵੱਡਾ। ਬਾਕੀ ਮੁੰਡੇ ਵੀਡੀਓ ਵਧੀਆ ਲੱਗੇ ਲਾਈਕ ਜ਼ਰੂਰ ਕਰ ਦਿਓ ਬਾਈ। ਇਹ ਮੈਂ ਬਹੁਤ ਵਧੀਆ ਮਤਲਬ ਬੜੇ ਟਾਈਮ ਤੋਂ ਲੱਭ ਰਹੇ ਸੀ ਇਹਨੂੰ। ਦੂਜੀ ਟਰਾਲੀ ਲਿਜਾਣ 'ਚ ਵੀ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਬਾਈ, ਕਿਉਂਕਿ ਉਹ ਟਰੈਕਟਰ ਹੈ ਹੀ ਕਿ ਅੱਗੋਂ ਉੱਠਦਾ ਘੱਟ ਹੈ। ਲਓ ਜੀ ਚੱਲ ਪਿਆ ਹੁਣ, ਫੁੱਲ ਫੜ ਨਹੀਂ ਰਹੇ ਸਿੱਖਰਾਂ ਆ ਕੇ ਰੋਡ 'ਤੇ। ਭਾਈ ਆਹ ਮੈਪ ਤੁਹਾਨੂੰ ਕਿੱਦਾਂ ਦਾ ਲੱਗਾ ਦੱਸਿਓ ਜ਼ਰੂਰ। ਬਾਕੀ ਇਸ ਵੀਡੀਓ 'ਚ ਕਿਹੜਾ ਇੰਨਾ ਐਕਸਪਲੋਰ ਕੀਤਾ ਜਾਣਾ ਇਹ। ਬਾਕੀ ਬਹੁਤ ਹੀ ਵਧੀਆ ਮੈਪ ਯਾਰ ਲੱਗਦਾ ਵੈਸੇ ਤਾਂ। ਉਹ ਆ ਗਿਆ ਫਾਰਮ ਆਪਣਾ ਨੇੜੇ ਹੀ ਆ ਗਿਆ ਹੁਣ ਤੇ। ਨਹੀਂ, ਘੁੰਮ ਹੀ ਜ਼ਿਆਦਾ ਜਾਂਦਾ ਯਾਰ ਟਰੈਕਟਰ ਆਪਣਾ ਇਹ। ਚੜ ਗਿਆ ਪਤੰਦਰਾ ਰੋਡ ਤੇ ਹੁਣ।
ਉਹ ਸਾਹਮਣੇ ਹੈਗਾ ਬਾਈ ਆਪਣੀ ਮੋਟਰ ਹੈ, ਉੱਤੇ ਆਪਾਂ ਕੱਲ੍ਹ ਨੂੰ ਚੱਲਾਂਗੇ, ਕਿਉਂਕਿ ਅੱਜ ਤਾਂ ਦੋਨੇ ਟਰੈਕਟਰ ਆਪਣੇ ਫਾਰਮ 'ਤੇ ਲਿਆਉਣੇ ਆ ਅਤੇ ਹੋਰ ਵੀ ਕੰਮ ਜਿਹੜੇ ਛੋਟੇ ਮੋਟੇ ਕਰਨ ਵਾਲੇ ਆ। ਇਹ ਆਪਣਾ ਫਾਰਮ ਹੈ ਬਾਈ, ਅਤੇ ਗਾਵਾਂ ਗੂਵਾਂ ਆਪਾਂ ਰੱਖੀਆਂ ਹੋਈਆਂ, ਬਸ ਗਾਵਾਂ ਹੀ ਰੱਖੀਆਂ, ਹੋਰ ਆਪਾਂ ਦੂਜੇ ਭੇਡਾਂ ਵਗੈਰਾ ਹਾਲੇ ਲੈਣੀ ਆ ਸਾਰੀਆਂ। ਚਲੋ ਸ਼ਾਮੇ ਲਾ ਦਿੰਦੇ ਹਾਂ ਟਰਾਲੀ ਆਪਣੀ। ਟ੍ਰੇਨ ਤਾਂ ਦੇਖ ਸਕਦੇ ਬਾਈ, ਕੋਈ ਦਿੱਕਤ ਨਹੀਂ ਹੈਗੀ ਮੈਂ ਸਟੈਂਡ ਨੂੰ ਤੇ। ਇਹਦੇ ਮਗਰ ਆਪਾਂ ਫੁੱਲ ਟਰਾਲੀ ਪਾਈ ਹੈ, ਜਿਹੜੀ ਫੁੱਲ ਭਰੀ ਹੋਈ ਸੀ ਆਪਣੀ, ਟੀਸੀ ਲੱਗੀ ਹੋਈ ਹੈ ਟਰਾਲੀ ਦੀ। ਬਾਕੀ ਮੁੰਡੇ ਤੁਸੀਂ ਜੇ ਮੋਡ ਡਾਊਨਲੋਡ ਕਰਨੇ ਆ ਇਹ ਦੋਨਾਂ ਟਰੈਕਟਰਾਂ ਦੇ, ਜਾਂ ਹੋਰ ਵੀ ਜਿਹੜੇ ਇੰਡੀਅਨ ਟਰੈਕਟਰ ਆਪਣੀ ਗੇਮ ਵੀਡੀਓ 'ਚ ਆਪਾਂ ਯੂਜ ਕਰਦੇ ਹਾਂ, ਇਹ ਸਾਰੇ ਬਾਈ ਬਣਾਏ ਆ ਧਾਲੀਵਾਲ ਬਾਈ ਨੇ। ਅਤੇ ਬਾਈ ਦੇ ਚੈਨਲ ਦਾ ਲਿੰਕ, ਤੁਹਾਨੂੰ ਲਿੰਕ ਪਤਾ ਨਹੀਂ, ਮੈਂ ਇੱਕ ਵਾਰੀ ਕੋਸ਼ਿਸ਼ ਕੀਤੀ ਸੀ, ਪਤਾ ਨਹੀਂ ਹੁੰਦਾ ਕਿ ਨਹੀਂ, ਜੇ ਪੈਂਦਾ ਹੋਇਆ ਬਾਈ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਮੇਰੇ ਧਾਲੀਵਾਲ ਗੇਮਿੰਗ ਦਾ ਨਾਂ ਅਤੇ ਚੈਨਲ, ਬਾਈ ਦਾ ਨਾਮ ਵਗੈਰਾ ਲਿਖ ਦਾਂਗੇ, ਜ਼ਰੂਰ ਮੈਨਸ਼ਨ ਕਰ ਦਾਂਗੇ, ਅਤੇ ਉੱਥੇ ਜਾ ਕੇ ਤੁਸੀਂ ਬਾਈ ਦੇ ਚੈਨਲ ਵੀ ਸਬਸਕ੍ਰਾਈਬ ਕਰਿਓ, ਸਪੋਰਟ ਕਰਿਓ, ਕਿਉਂਕਿ ਉਹ ਬਹੁਤ ਵਧੀਆ ਵਧੀਆ ਮੂਡ ਲੈ ਕੇ ਆਉਂਦੇ ਇੱਦਾਂ ਦੇ, ਅਤੇ ਮੂਡ ਤੁਹਾਨੂੰ ਟਰੈਕਟਰਾਂ ਦੇ ਉਹਨਾਂ ਦੇ ਚੈਨਲ ਤੋਂ ਹੀ ਮਿਲੂਗੇ ਸਾਰੇ। ਬਾਕੀ ਮੁੰਡੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ, ਟਰੈਕਟਰਾਂ ਦੇ ਮੂਡ ਕਿੱਦਾਂ ਦੇ ਲੱਗੇ, ਆਪਣਾ ਮੈਪ ਕਿੱਦਾਂ ਦਾ ਲੱਗਾ, ਵੀਡੀਓ ਕਿੱਦਾਂ ਦੀ ਲੱਗੀ, ਵਧੀਆ ਲੱਗੀ ਹੋਵੇ ਲਾਈਕ ਕਰ ਦਿਓ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ, ਕੀ ਵੀਡੀਓ 'ਚ ਵਧੀਆ ਲੱਗਾ ਕੀ ਨਹੀਂ ਲੱਗਾ, ਅਤੇ ਅਗਾਂਹ ਆਪਾਂ ਕੀ ਕੀ ਚੀਜ਼ ਕਰੀਏ ਇਹਦੇ ਵਿੱਚ। ਖਾਲੀ ਆਪਾਂ ਨੂੰ ਇੱਧਰ ਲਾਉਣੀ ਪੈਣੀ ਆ, ਅਤੇ ਖਾਲੀ ਵਗੈਰਾ ਫਿਰ ਕਰਾਂਗੇ ਆਪਾਂ ਇੱਥੇ ਜਿੱਦਾਂ ਵੀ ਕਰਨੀਆਂ ਹੋਈਆਂ। ਇਹ ਸਾਰਾ ਆਪਣਾ ਫਾਰਮ ਹੈ ਬਾਈ, ਠੀਕ ਹੈ, ਉਹ ਸੈੱਟ ਵਗੈਰਾ ਵੀ ਇਹਦੇ ਵਿੱਚ ਵਧੀਆ ਬਣਿਆ ਹੋਇਆ, ਮੈਨੂੰ ਪਤਾ ਹੈ ਕੀ ਆਈਟਮ ਹੈ। ਇੱਕ ਉਹ ਬਰਨ ਆਪਾਂ ਗਾਵਾਂ ਦਾ ਫਾਰਮ ਤਾਂ ਹੈਗਾ, ਵਿੱਚ ਫੀਡਿੰਗ ਰੋਬੋਟ ਵਾਲਾ ਸਿਸਟਮ ਹੈ ਜੀ, ਇਹਦਾ ਕੋਈ ਪਤਾ ਨਹੀਂ ਹੈਗਾ ਕੀ ਚੀਜ਼। ਚਲੋ ਕੋਈ ਨਹੀਂ ਬਾਈ, ਇਹਨੂੰ ਵੀ ਐਕਸਪਲੋਰ ਕਰਾਂਗੇ ਹੌਲੀ ਹੌਲੀ। ਬਾਕੀ ਮੁੰਡੇ ਅੱਜ ਦੀ ਵੀਡੀਓ 'ਚ ਇੰਨੀ ਸੀ ਸਟਾਰਟਿੰਗ 'ਚ, ਬਾਕੀ ਇਹ ਮੈਪ ਵੀ ਮੈਂ ਅੱਜ ਹੀ ਡਾਊਨਲੋਡ ਕੀਤਾ, ਅਤੇ ਬਾਕੀ ਇਹਦੇ ਵਿੱਚ ਦੇਖਾਂਗੇ ਕੀ ਕੀ ਆਉਂਦਾ ਹੈ ਨਾ, ਕੀ ਕੀ ਚੀਜ਼ ਹੈ, ਕਿੱਦਾਂ ਕਿੱਦਾਂ ਕਰਨਾ। ਬਾਕੀ ਮੁੰਡੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ, ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰ ਦਿਓ, ਨੋਟੀਫਿਕੇਸ਼ਨ ਬੈਲ ਵੀ ਦੱਬ ਦਿਓ, ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਠੀਕ ਹੈ ਮੁੰਡੇ, ਫਿਰ ਮਿਲਦੇ ਹਾਂ ਆਪਣੀ ਅਗਲੀ ਵੀਡੀਓ 'ਚ।